ਭਾਜੀ ਬੱਚਿਆਂ ਨੂੰ ਅਕਸਰ ਲੱਗਦਾ ਕਿ ਸਾਡੇ ਮਾਪਿਆਂ ਨੇ ਸਾਨੂੰ ਇੱਥੇ 25-30 ਲੱਖ ਰੁਪਏ ਲਾ ਕੇ ਕੈਨੇਡਾ ਭੇਜਿਆ ਤੇ ਅਸੀਂ ਇੱਥੇ ਆ ਕੇ ਕੋਈ ਪੈਕੇਜਿੰਗ ਦਾ ਕੰਮ ਕਿਉਂ ਕਰੀਏ, ਕਿਉਂ ਕਿਸੇ ਨੂੰ ਟੂਲ ਫੜਾਈਏ, ਕਿਉਂ ਕਿਸੇ ਦੇ ਝੂਠੇ ਭਾਂਡੇ ਚੱਕੀਏ, ਕਿ ਸਾਨੂੰ ਵਧੀਆ ਜੋਬ ਕਿਉਂ ਨਹੀਂ ਮਿਲ ਸਕਦੀ। ਭਾਜੀ ਪਹਿਲਾਂ ਤਾਂ ਮੈਂ ਕੁਐਸਚਨ ਥੋੜਾ ਜਿਹਾ ਕਰੈਕਟ ਕਰਦਾ, 15-20 ਲੱਖ ਲਾ ਕੇ ਆਇਆ ਉਹ ਪੜ੍ਹਨ ਵਾਸਤੇ ਲਾ ਕੇ ਆਇਆ, ਵਰਕ ਪਰਮਿਟ ਤੇ ਨਹੀਂ ਆਇਆ। ਬੱਚੇ ਨੇ ਆਪਦਾ ਵੀਜ਼ਾ ਪ੍ਰੋਸੈਸ ਕੀਤਾ ਸੀਗਾ ਕੈਨੇਡਾ ਪੜ੍ਹਨ ਵਾਸਤੇ ਕਿ ਮੈਂ ਤੁਹਾਡੀ ਕੰਟਰੀ ਦੇ ਵਿੱਚ ਪੜ੍ਹਨਾ ਚਾਹੁੰਦਾ। ਇਹ ਰਿਕੁਆਇਰਮੈਂਟ ਅਪਾਰਟ ਇਹ ਪਾਰਟ ਟਾਈਮ ਜੋਬਸ ਨੇ ਕਿ ਮੈਂ ਵਿਹਲਾ ਆ, ਆਪਣਾ ਥੋੜਾ ਬਹੁਤਾ ਖਰਚਾ ਸਰਵਾਈਵ ਕਰਨ ਵਾਸਤੇ ਮੈਂ ਹੁਣ ਕੰਮ ਕਰਨਾ ਚਾਹੁੰਦਾ। ਉਹਦੇ 'ਚ ਚੋਇਸ ਨਹੀਂ ਹੈਗੀ। ਜਿਹੜਾ ਘਰੋਂ ਚਾਹੁੰਦਾ ਕਿ ਮੈਂ ਜਾ ਕੇ ਉੱਥੇ ਕੰਮ ਹੀ ਕਰਨਾ, ਦੈਨ ਸਟੂਡੈਂਟ ਵੀਜ਼ਾ ਇਜ਼ ਨਾਟ ਅ ਰਾਈਟ ਕੈਟੇਗਰੀ, ਦੈਨ ਵਰਕ ਪਰਮਿਟ ਐਪਲੀਕੇਸ਼ਨ 'ਚ ਅਪਲਾਈ ਕਰੋ, ਸਿੱਧਾ ਜਾਓ ਕੰਮ ਕਰਨ ਵਾਸਤੇ, ਫਿਰ ਉੱਥੇ ਪ੍ਰੋਸੈਸਿੰਗ ਹੋਏਗੀ ਤੁਹਾਡੀ। ਦੂਸਰੀ ਚੀਜ਼, ਇੱਕ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕਿ ਪਲੱਸ ਟੂ ਕਰਕੇ ਆਇਆ ਐਪਲੀਕੈਂਟ ਮੇਰੇ ਕੋਲ, ਆਫਰ ਲੈਟਰ ਪ੍ਰੋਸੈਸ ਕੀਤੀ, ਇਨਟੇਕ ਚਲੋ ਉਹਦਾ ਨੀਅਰ ਬਾਏ ਨਹੀਂ ਸੀਗਾ, ਜਿਹੜਾ ਕਾਲਜ ਯੂਨੀਵਰਸਿਟੀ ਉਹ ਬੱਚਾ ਚਾਹੁੰਦਾ ਸੀਗਾ, ਜਿਹੜਾ ਕੋਰਸ ਚਾਹੁੰਦਾ ਸੀਗਾ ਉਹ ਅਗਲੇ ਇਨਟੇਕ ਦੇ ਵਿੱਚ ਸੀਗਾ। ਉਹਦੇ ਕੋਲ 6-8 ਮਹੀਨੇ ਬੱਚੇ ਦੇ ਕੋਲ ਟਾਈਮ ਸੀਗਾ। ਉਹਨੂੰ ਮੈਂ ਕਿਹਾ ਭਾਈ ਕੰਮ ਕਰ, ਇੰਟਰਸਟ ਕੀ ਹੈ? ਕਹਿੰਦਾ ਜੀ ਮੇਰਾ ਫੂਡ ਲਾਈਨ ਦੇ ਵਿੱਚ ਇੰਟਰਸਟ ਹੈਗਾ। ਉਹਨੂੰ ਮੈਂ ਲਵਲੀ ਬੇਕਰੀ ਜਲੰਧਰ ਦੀ ਹੈਗੀ ਉੱਥੇ ਮੈਂ ਕਿਹਾ ਚੱਲ ਕੰਮ ਕਰ ਲੈ, ਕੇਕ ਪੇਸਟਰੀਆਂ ਬਣਾਉਣੀਆਂ ਬੱਚੇ ਨੇ ਸਿੱਖਿਆ। ਔਰ ਜਾਂਦੇ ਸਾਰ ਵਿਦ ਇਨ 10 ਡੇਜ਼ ਉਹਨੂੰ ਜੋਬ ਮਿਲ ਗਈ, 2.5 ਲੱਖ ਰੁਪਇਆ ਬੱਚਾ ਅਰਨ ਕਰ ਰਿਹਾ। ਇਹਦੇ ਵਿੱਚ ਚੀਜ਼ ਸਮਝਣ ਵਾਲੀ ਹੈਗੀ ਕਿ ਜਿਹੜਾ ਬੱਚੇ ਦੇ ਕੋਲ 2-4-5 ਮਹੀਨੇ ਵਿਹਲੇ ਆ, ਜਿੰਨੇ ਵੀ ਐਪਲੀਕੈਂਟ ਦੇਖਦੇ ਪਏ, ਚਾਹੇ ਉਹ 12th ਹੈ, ਗ੍ਰੈਜੂਏਟ ਆ ਜਾਂ ਮਾਸਟਰਸ ਹੈ, ਜਦੋਂ ਤੁਸੀਂ ਆਪਦੀ ਵੀਜ਼ਾ ਐਪਲੀਕੇਸ਼ਨ ਅਪਲਾਈ ਕਰਦੇ ਹੋ, ਸੋ ਛੋਟੇ ਛੋਟੇ ਕੰਮ ਤੁਸੀਂ ਕਾਫੀ ਜਿਹੜੇ ਹੈਗੇ ਸਿੱਖ ਸਕਦੇ ਹੋ। ਮਤਲਬ ਕਟਿੰਗ ਦਾ ਕੰਮ ਸਿੱਖ ਸਕਦੇ ਹੋ, ਬਹੁਤ ਅੱਛਾ ਹੈਗਾ, ਕੇਕ ਦਾ, ਪੇਸਟਰੀਜ਼ ਦਾ, ਬੇਕਰੀ ਵਾਲਾ ਕੰਮ ਤੁਸੀਂ ਸਿੱਖ ਸਕਦੇ ਹੋ। ਸੋ ਚੰਗੇ KFC ਹੈਗੇ ਆ, ਬਰਗਰ ਕਿੰਗ ਹੈ, ਸੋ ਇੱਦਾਂ ਦੀਆਂ ਕੰਪਨੀਜ਼ ਦੇ ਵਿੱਚ ਤੁਸੀਂ ਜੋਬਸ ਕਰ ਸਕਦੇ ਹੋ ਕਿ ਜਿਹਦੇ ਵਿੱਚ ਕੈਨੇਡਾ 'ਚ ਬਹੁਤ ਜ਼ਿਆਦਾ ਕੰਮ ਆ, ਅਗਰ ਤੁਸੀਂ ਡਿਸ਼ਵਾਸ਼ਿੰਗ ਕਰਨ ਨਹੀਂ ਕਰਨਾ ਚਾਹੁੰਦੇ।